ਧਿਆਨ ਦਿਓ, ਜੇ ਤੁਸੀਂ ਬੁਢਾਪਾ ਪੈਨਸ਼ਨ ਵਾਸਤੇ ਅਪਲਾਈ ਕਰਨ ਜਾ ਰਹੇ ਹੋ ਤਾਂ ਕਿਹੜੇ ਦਸਤਾਵੇਜ਼ਾਂ ਵਿੱਚ ਬਦਲਾਅ ਕੀਤਾ ਗਿਆ ਹੈ ਅਤੇ ਤੁਸੀਂ ਕਿਵੇਂ ਇਸ ਲਈ ਅਪਲਾਈ ਕਰਨਾ ਹੈ ਅਤੇ ਕਿਹਨਾਂ ਦੀ ਐਲੀਜੀਬਿਲਟੀ ਓਲਡ ਏਜ ਪੈਨਸ਼ਨ ਸਕੀਮ ਲਈ ਹੁੰਦੀ ਹੈ, ਆਓ ਲੈ ਚੱਲਦਾ ਹਾਂ ਡਾਇਰੈਕਟਲੀ ਵੈਬਸਾਈਟ 'ਤੇ। ਓਲਡ ਏਜ ਪੈਨਸ਼ਨ ਜਿਸ ਨੂੰ ਬੁਢਾਪਾ ਪੈਨਸ਼ਨ ਕਹਿੰਦੇ ਨੇ, ਕੋਈ ਵੀ ਔਰਤ ਜੋ 58 ਸਾਲ ਦੀ ਉਮਰ ਪੂਰੀ ਕਰ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਕੋਈ ਵੀ ਮਰਦ ਜੋ 65 ਸਾਲ ਦੀ ਉਮਰ ਜਾਂ ਇਸ ਤੋਂ ਵੱਧ ਹੈ ਅਤੇ ਜਿਨ੍ਹਾਂ ਦੀ ਸਾਰੇ ਵਸੀਲਿਆਂ ਤੋਂ ਆਮਦਨ 60,000 ਰੁਪਏ ਹੈ ਤਾਂ ਉਹ ਪੈਨਸ਼ਨ ਵਾਸਤੇ ਅਪਲਾਈ ਕਰ ਸਕਦਾ ਹੈ। ਜੋ ਪੈਨਸ਼ਨ ਹੈ 1500 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਂਦੀ ਹੈ। ਇਸ ਵਾਸਤੇ ਤੁਸੀਂ ਕੰਟੈਕਟ ਕਰਨਾ ਹੁੰਦਾ ਹੈ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਅਫਸਰ, ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਅਫਸਰ, ਸੇਵਾ ਕੇਂਦਰ, ਡਿਪਾਰਟਮੈਂਟਲ ਵੈਬਸਾਈਟ ਦੇ ਥਰੂ। ਇਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਵੀ ਦੇ ਦੇਵਾਂਗਾ। SDM ਆਫਿਸ, ਆਂਗਨਵਾੜੀ ਸੈਂਟਰ, ਤੋਂ ਇਲਾਵਾ ਵੈਬਸਾਈਟ 'ਤੇ ਵੀ ਤੁਸੀਂ ਜਾ ਕੇ ਫੋਰਮ ਡਾਊਨਲੋਡ ਕਰ ਸਕਦੇ ਹੋ। ਇਸ ਨੂੰ ਅਪਲਾਈ ਕਰਕੇ ਤੁਸੀਂ ਜੋ ਦਸਤਾਵੇਜ਼ਾਂ ਵਿੱਚ ਬਦਲਾਅ ਕੀਤਾ ਗਿਆ ਹੈ ਉਹਨਾਂ ਬਾਰੇ ਜਾਣਦੇ ਹਾਂ। ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਪੰਜਾਬ ਚੰਡੀਗੜ੍ਹ ਵੱਲੋਂ ਸਾਰੇ ਹੀ ਸਮਾਜਿਕ ਸੁਰੱਖਿਆ ਅਫਸਰ ਪੰਜਾਬ ਅਤੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਪੰਜਾਬ ਨੂੰ ਪੱਤਰ ਜਾਰੀ ਕਰਕੇ ਜੋ ਉਮਰ ਦੇ ਸਬੂਤ ਵਜੋਂ ਪਹਿਲਾਂ ਇੱਕ ਪਰੂਫ ਲਿਆ ਜਾਂਦਾ ਸੀ ਤਾਂ ਹੁਣ ਦੋ ਪਰੂਫ ਕਰ ਦਿੱਤੇ ਗਏ ਨੇ, ਜਿਨ੍ਹਾਂ ਵਿੱਚ ਤੁਹਾਨੂੰ ਪੈਨਸ਼ਨ ਨੂੰ ਅਪਲਾਈ ਕਰਨ ਸਮੇਂ ਇਹ ਪਰੂਫ ਲਾਉਣੇ ਲਾਜ਼ਮੀ ਨੇ, ਜਿਸ ਵਿੱਚ ਆਧਾਰ ਕਾਰਡ ਔਰ ਵੋਟਰ ਕਾਰਡ ਔਰ ਵੋਟਰ ਲਿਸਟ ਇੱਕ ਚਾਹੀਦਾ ਹੈ ਇਹਨਾਂ ਤਿੰਨਾਂ ਦੇ ਵਿੱਚੋਂ। ਇਸ ਤੋਂ ਇਲਾਵਾ ਬਰਥ ਸਰਟੀਫਿਕੇਟ ਇਸ਼ੂਡ ਬਾਏ ਕੰਪੀਟੈਂਟ ਅਥਾਰਟੀ ਜਾਂ ਫਿਰ 10ਵੀਂ ਦਾ ਸਰਟੀਫਿਕੇਟ ਜਾਂ ਸਕੂਲ ਲਿਵਿੰਗ ਸਰਟੀਫਿਕੇਟ ਆਫ ਐਨੀ ਕਲਾਸ, ਇਹਨਾਂ ਤਿੰਨਾਂ ਪਰੂਫ 'ਚੋਂ ਇੱਕ ਪਰੂਫ ਚਾਹੀਦਾ ਹੈ ਅਤੇ ਟੋਟਲ ਦੋਨੋਂ ਪਰੂਫ ਤੁਹਾਨੂੰ ਜਮ੍ਹਾਂ ਕਰਵਾਉਣੇ ਪੈਣਗੇ ਜਦੋਂ ਤੁਸੀਂ ਓਲਡ ਏਜ ਪੈਨਸ਼ਨ ਸਕੀਮ ਲਈ ਅਪਲਾਈ ਕਰਦੇ ਹੋ। ਦੋਸਤੋ, ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਕਾਰੀ ਰਹੇਗੀ। ਹੋਰ ਵੀ ਨਵੀਂ ਨਵੀਂ ਜਾਣਕਾਰੀ ਲਈ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਨੇ ਵੀ ਪੈਨਸ਼ਨ ਲਈ ਅਪਲਾਈ ਕਰਨਾ ਉਹਨਾਂ ਨੂੰ ਇਹਨਾਂ ਦਸਤਾਵੇਜ਼ਾਂ ਬਾਰੇ ਜਾਣਕਾਰੀ ਹੋ ਜਾਵੇ ਅਤੇ ਉਹ ਸਮੇਂ ਸਿਰ ਇਹਨਾਂ ਦਸਤਾਵੇਜ਼ਾਂ ਨੂੰ ਮੁਕੰਮਲ ਕਰ ਲੈਣ ਅਤੇ ਪੈਨਸ਼ਨ ਲਈ ਅਪਲਾਈ ਕਰ ਸਕਣ। ਧੰਨਵਾਦ ਜੀ।